ਮੰਤਰ ਅਸਥਾਨ ਦੀ ਇਮਾਰਤ ਤੇ ਉਸ ਵੇਲੇ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਚੌਥੀ ਮੰਜ਼ਿਲ ਤੋਂ ਇੱਕ ਪੇਂਟਰ ਹੇਠਾਂ ਡਿੱਗ ਗਿਆ ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ। ਉੱਥੇ ਪਰਿਵਾਰ ਦਾ ਇਸ ਹਾਦਸੇ ਤੋਂ ਬਾਅਦ ਰੋ ਰੋ ਕੇ ਬੁਰਾ ਹਾਲ ਹੈ। ਦਰਅਸਲ ਨੌਜਵਾਨ ਮੂਲ ਮੰਤਰ ਇਮਾਰਤ ਨੂੰ ਪੇਂਟ ਕਰ ਰਿਹਾ ਸੀ ਕਿ ਅਚਾਨਕ ਨੌਜਵਾਨ ਦਾ ਪੈਰ ਤਿਲਕ ਗਿਆ ਤੇ ਉਹ ਥੱਲੇ ਡਿੱਗ ਗਿਆ। ਜਾਣਕਾਰੀ ਅਨੁਸਾਰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ਼੍ਰੀ ਸੰਤ ਘਾਟ ਸਾਹਿਬ ਦੇ ਨੇੜੇ ਵੇਈ ਨਦੀ ਦੇ ਕੰਢੇ ਤੇ ਉਸਾਰੇ ਜਾ ਰਹੇ ਮੂਲ ਮੰਤਰ ਅਸਥਾਨ ਦੀ ਇਮਾਰਤ ਦੇ ਨੇੜੇ ਇਹ ਹਾਦਸਾ ਵਾਪਰਿਆ। ਜਦੋਂ ਚੌਥੀ ਮੰਜ਼ਿਲ ਨੂੰ ਪੇਂਟ ਕਰ ਰਹੇ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਿਵੇਂ ਹੀ ਇਹ ਭਾਣਾ ਵਾਪਰਿਆ ਨੌਜਵਾਨ ਨੂੰ ਹਸਪਤਾਲ ਲੈ ਕੇ ਗਏ ਪਰ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਨੌਜਵਾਨ ਦਾ ਨਾਮ ਸੁਖਵਿੰਦਰ ਸਿੰਘ ਹੈ ਜੋ ਕਿ ਕਾਜ਼ੀ ਬਾਗ ਸੁਲਤਾਨਪੁਰ ਲੋਧੀ ਦਾ ਹੀ ਰਹਿਣ ਵਾਲਾ ਸੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਚੰਨਣ ਸਿੰਘ ਨੇ ਦੱਸਿਆ ਕਿ ਮੂਲ ਮੰਤਰ ਅਸਥਾਨ ਦੀ ਕਾਰ ਸੇਵਾ ਚੱਲ ਰਹੀ ਹੈ ਜਿਸਦੇ ਸਦਰੰਭ ਦੇ ਵਿੱਚ ਇਮਾਰਤ ਨੂੰ ਰੰਗ ਰੋਗਨ ਦਾ ਕੰਮ ਚੱਲ ਰਿਹਾ ਸੀ। ਨੌਜਵਾਨ ਸੁਖਵਿੰਦਰ ਸਿੰਘ ਚੌਥੀ ਮੰਜ਼ਿਲ ਤੇ ਰੰਗ ਕਰ ਰਿਹਾ ਸੀ ਤੇ ਅਚਾਨਕ ਹੀ ਉਸਦਾ ਪੈਰ ਤਿਲਕ ਗਿਆ ਤੇ ਉਹ ਹੇਠਾਂ ਡਿੱਗ ਗਿਆ, ਜਿਸ ਨੂੰ ਆਲੇ ਦੁਆਲੇ ਕੰਮ ਕਰ ਰਹੇ ਮਜ਼ਦੂਰਾਂ ਵੱਲੋਂ ਜ਼ਖਮੀ ਹਾਲਤ ਦੇ ਵਿੱਚ ਸਥਾਨਕ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਜ਼ਿਕਰਯੋਗ ਹੈ ਕਿ ਮ੍ਰਿਤਕ ਸੁਖਵਿੰਦਰ ਸਿੰਘ ਬੇਹੱਦ ਹੀ ਮਿਹਨਤਕਸ਼ ਵਿਅਕਤੀ ਸੀ ਅਤੇ ਪੇਂਟਰ ਦਾ ਕੰਮ ਕਰਦਾ ਸੀ ਅਤੇ ਪਰਿਵਾਰ ਦਾ ਆਪਣਾ ਗੁਜ਼ਾਰਾ ਚਲਾਉਂਦਾ ਸੀ ਹੁਣ ਸੁਖਵਿੰਦਰ ਸਿੰਘ ਆਪਣੇ ਪਿੱਛੇ ਇੱਕ 4 ਸਾਲ ਦਾ ਬੇਟਾ ਤੇ ਪਤਨੀ ਨੂੰ ਛੱਡ ਗਿਆ। ਇਸ ਦਰਦਨਾਕ ਹਾਦਸੇ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਜਾਣਕਾਰੀ ਅਨੁਸਾਰ ਪਰਿਵਾਰ ਦਾ ਹੋਰ ਕੋਈ ਸਹਾਰਾ ਨਹੀਂ ਹੈ। ਫਿਲਹਾਲ ਇਹ ਮਾਮਲਾ SGPC ਪ੍ਰਧਾਨ ਦੇ ਧਿਆਨ ਦੇ ਵਿੱਚ ਆ ਚੁੱਕਾ ਹੈ ਤੇ ਸ਼੍ਰੋਮਣੀ ਕਮੇਟੀ ਵੱਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਤੇ ਨੌਕਰੀ ਦੇਣ ਬਾਰੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਅਤੇ ਇਹ ਜਿਹੜਾ ਓਂਕਾਰ ਮੂਲ ਮੰਤਰ ਸਥਾਨ ਦੀ ਸੇਵਾ ਕਾਫੀ ਸਾਲਾਂ ਤੋਂ ਚੱਲ ਰਹੀ ਹੈ ਅਤੇ ਇਹ ਜਿਹੜੀ ਲੇਬਰ ਜਿਹੜੀ ਸਾਡੀ ਪੱਕੀ ਆ ਉਹਦੇ 'ਤੇ ਸਾਡੇ ਕੋਲ ਪ੍ਰੋਪਰ ਸਾਰੇ ਐਡਰੈਸ ਹੁੰਦੇ ਆ, ਉਹਨਾਂ ਦੇ ਆਧਾਰ ਕਾਰਡ ਵਗੈਰਾ ਸਾਰੇ ਅਸੀਂ ਰੱਖਦੇ ਹਾਂ। ਜਿਵੇਂ ਹੁਣ ਪੇਂਟ ਵਾਲੇ ਬੰਦੇ ਲਾਏ ਉਹ ਇੱਕ ਬੰਦਾ ਸਾਡਾ ਠੇਕੇਦਾਰ ਹੁੰਦਾ, ਬਿਜਲੀ ਵਾਲੇ ਲਾਏ ਉਹਨਾਂ ਦਾ ਵੀ ਉਸ ਮਹਿਕਮੇ ਦਾ ਵੀ ਇੱਕ ਠੇਕੇਦਾਰ ਹੁੰਦਾ, ਉਹਨੇ ਆਪਣੀ ਲੇਬਰ ਲਾਈ ਹੁੰਦੀ ਨਾਲ। ਅਤੇ ਇਹ ਪੇਂਟ ਵਾਲੇ ਸਾਡੇ ਠੇਕੇਦਾਰ ਦੇ ਮਤਲਬ ਲੇਬਰ ਵਾਲੇ ਬੰਦੇ ਸੀ ਅਤੇ ਅੱਜ ਅਸੀਂ ਤੇ ਮੈਨੇਜਰ ਸਾਹਿਬ ਦੇ ਨਾਲ ਗੁਰਦੁਆਰਾ ਬੀਰ ਸਾਹਿਬ ਤੋਂ ਨਗਰ ਕੀਰਤਨ ਲੈ ਕੇ ਕੱਲ੍ਹ ਦੇ ਬਟਾਲੇ ਪਹੁੰਚੇ ਹੋਏ ਸੀ। ਅਸੀਂ ਰਸਤੇ 'ਚ ਆ ਰਹੇ ਸੀ ਜਦੋਂ ਇਹ ਘਟਨਾ ਵਾਪਰੀ ਅਤੇ ਸਾਨੂੰ ਫੋਨ ਗਿਆ ਕਿ ਆਹ ਇੰਸੀਡੈਂਟ ਵਾਪਰ ਗਿਆ ਵੀ ਬੰਦਾ ਉੱਤੋਂ ਸਲਿੱਪ ਕਰਕੇ ਅਤੇ ਨੀਚੇ ਗਿਰ ਗਿਆ। ਉਹ ਫਿਰ ਜਦੋਂ ਅਸੀਂ ਆਏ ਹਾਂ ਮੌਕੇ 'ਤੇ ਆ ਕੇ ਦੇਖਿਆ ਅਤੇ ਫਿਰ ਇਹਦੇ ਜੇਬ 'ਚੋਂ ਮੋਬਾਈਲ ਜਿਹੜਾ ਨਿਕਲਿਆ ਉਹਦੇ 'ਚ ਫਿਰ ਆਧਾਰ ਕਾਰਡ ਮਿਲਿਆ। ਆਧਾਰ ਕਾਰਡ 'ਤੇ ਇਹਦਾ ਨਾਂ ਸੁਖਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਮੁਹੱਲਾ ਕਾਜ਼ੀ ਬਾਗ ਸੁਲਤਾਨਪੁਰ ਲੋਧੀ, ਉਹ ਅਸੀਂ ਫਿਰ ਟਰੇਸ ਕੀਤਾ। ਉਸ ਤੋਂ ਫਿਰ ਕਰਦੇ ਕਰਦੇ ਤਾਂ ਪਤਾ ਲੱਗਾ, ਉਹ ਜਦੋਂ ਉੱਥੇ ਗਏ ਮੁੱਕੇ ਅਤੇ ਉਹ ਆਂਢੀਆਂ ਗੁਆਂਢੀਆਂ ਜੋ ਪਤਾ ਲੱਗੀ ਗੱਲ ਤਾਂ ਉਹਨਾਂ ਕਹਿੰਦੇ ਵੀ ਇਹਦੇ ਸਹੁਰੇ ਜਿਹੜੇ ਆ ਉਹ ਅਮਰਕੋਟ ਆ ਟਿੱਬੇ ਦੇ ਕੋਲ। ਫਿਰ ਹੁਣ ਬਾਬਾ ਜੀ ਅਤੇ ਸਾਰੇ ਸਿੰਘ ਉੱਥੇ ਗਏ ਨੇ, ਅਜੇ ਵੀ ਉੱਥੇ ਨੇ, ਉਹ ਹੁਣ ਆ ਰਹੇ ਆ ਗੁਰਦੁਆਰਾ ਬੇਰ ਸਾਹਿਬ, ਉਹ ਸਾਰੇ ਪਰਿਵਾਰ ਨੂੰ ਉੱਥੋਂ ਉਹਨਾਂ ਦੇ ਸਹੁਰੇ ਪਰਿਵਾਰ ਨੂੰ ਲੈ ਕੇ ਨਾ ਨਾਲ ਹੁਣ ਗੁਰਦੁਆਰਾ ਬੇਰ ਸਾਹਿਬ ਆ ਗਏ। ਆਪਾਂ ਵੀ ਉੱਥੇ ਚੱਲੇ, ਹੁਣ ਉਹਨਾਂ ਨਾਲ ਬੈਠ ਕੇ ਇਹਦੇ ਵਿਚਾਰ ਕਰਦੇ ਹਾਂ ਸਾਰੀ, ਅਤੇ ਉਸ ਤੋਂ ਬਾਅਦ ਫਿਰ ਜਿਹੜੀ ਗੱਲਬਾਤ ਹੋਏਗੀ। ਅਤੇ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਕਿਉਂਕਿ ਕਿਸੇ ਦੀ ਵੀ ਜਾਨ ਚਲੀ ਜਾਣੀ ਹੈ ਇੱਕ ਬੜੀ ਵੱਡੀ ਗੱਲ ਹੈ, ਕਿਉਂਕਿ ਉਹ ਬੰਦਾ ਮਿਹਨਤ ਦੇ ਤੌਰ 'ਤੇ, ਹੁਣ ਮੈਂ ਸਾਰੀ ਲੇਬਰ ਨੂੰ ਜਦੋਂ ਆ ਕੇ ਪੁੱਛਿਆ ਤਾਂ ਕਹਿੰਦੇ ਵੀ ਕੰਮ ਨੂੰ ਬੰਦਾ ਸੁਭਾਅ ਦਾ ਇਹ ਸੀ ਵੀ ਕਿਸੇ ਨਾ ਕੋ ਵਾਧ ਘਾਟ ਨਹੀਂ ਸੀ ਕਰਦਾ।
ਜੇ ਉਹਦੇ ਕੰਮ ਕਾਰ ਨੂੰ ਦੇਖੀਏ ਤਾਂ ਸੁਭਾਅ ਨਹੀਂ ਸੀ ਮਾੜਾ, ਸੁਭਾਅ ਚੰਗਾ ਸੀ, ਕੰਮ ਵਾਲਾ ਬੰਦਾ ਸੀ, ਲੇਕਿਨ ਉਹ ਕਿਸੇ ਲਾਪਰਵਾਹੀ ਕਰਨ ਉੱਤੇ ਉਹਨੇ ਪੂਰਾ ਪ੍ਰੋਪਰ ਆਪਣਾ ਉਹ ਜਿਹੜਾ ਕਮਰ ਕੱਸਾ ਲਾ ਕੇ ਅਤੇ ਉਹ ਬੈਲਟ ਲਾ ਕੇ ਜਿੱਦਾਂ ਪੇਂਟ ਕਰਦੇ ਆ ਉਹ ਉਹਨੇ ਜਲਦੀ ਜਲਦੀ 'ਚ ਨਹੀਂ ਕਿਤੇ ਲਾਇਆ, ਜਾਂ ਉਹ ਬਿਨਾਂ ਦੱਸੇ ਉੱਪਰ ਚੜ੍ਹ ਗਿਆ ਠੇਕੇਦਾਰ, ਸਾਡਾ ਜਿਹੜਾ ਫੋਰਮੈਨ ਆ ਉਹਦੇ ਥੱਲੇ ਲੇਬਰ, ਬਾਰਿਸ਼ ਆ ਗਈ ਸੀ ਉਦੋਂ, ਬਾਰਿਸ਼ ਕਰਕੇ ਸਾਰੀ ਲੇਬਰ ਉਹਨੇ ਥੱਲੇ ਸੱਦ ਲਈ ਵੀ ਉੱਤੇ ਨਹੀਂ ਅੱਜ ਕੰਮ ਕਰਨਾ ਵੀ ਥੱਲੇ ਕਰ ਲਓ, ਉਹ ਫਿਰ ਵੀ ਕਿਤੇ ਇਕੱਲਾ ਹੀ ਉੱਪਰ ਚੜ੍ਹ ਗਿਆ ਅਤੇ ਉੱਤੇ ਜਾ ਕੇ ਅਤੇ ਜਦੋਂ ਉਹਨੇ ਸਲਿੱਪ ਹੋਇਆ ਤਾਂ ਬਾਅਦ 'ਚ ਪਤਾ ਲੱਗਾ ਵੀ ਜਦੋਂ ਥੱਲੇ ਡਿੱਗਾ ਅਤੇ ਖੜਾਕ ਹੋਇਆ ਤਾਂ ਫਿਰ ਭੱਜ ਕੇ ਗਏ। ਕਿੰਨਵੀਂ ਮੰਜ਼ਿਲ ਤੋਂ ਡਿੱਗਿਆ ਨੌਜਵਾਨ? ਚੌਥੀ ਮੰਜ਼ਿਲ ਦੀ ਉਦੜੀ ਗਲਾਈ ਚੋਂ। ਸੇਵਾ ਕਾਰਜ ਚੱਲ ਕੀ ਰਿਹਾ ਇੱਥੇ ਜੀ? ਹਾਂਜੀ, ਇੱਥੇ ਜਿਹੜਾ ਕਾਰਜ ਚੱਲ ਰਿਹਾ ਉਹ ਹੈ ਕੀ ਹੈ ਜੀ? ਆ ਪ੍ਰਾਈਮਰ ਦਾ ਅਤੇ ਪੇਂਟ ਦਾ ਕੰਮ ਚੱਲਦਾ ਆ, ਬਾਕੀ ਤਿਆਰੀ ਚੱਲ ਰਹੀ ਹੈ, ਅੰਦਰ ਅੰਦਰਵਾਲ ਜਿਹੜੀ ਉਹ ਸੀਲਿੰਗ ਦਾ ਕੰਮ ਚੱਲ ਰਿਹਾ ਅਤੇ ਨਾਲ ਉਹਦੇ ਵਿੱਚ ਬਿਜਲੀ ਦੀ ਫਿਟਿੰਗ ਦਾ ਜਿਹੜੀ ਅੰਡਰਗਰਾਊਂਡ ਆਪਾਂ ਕਰਦੇ ਹਾਂ, ਪਾਈਪਾਂ ਜਿਹੜੀਆਂ ਪਾਣੀ ਵਾਲੀਆਂ ਵਿੱਚ ਉਹ ਸਾਰਾ ਜਿਵੇਂ ਸੈਂਟਰੀ ਦਾ ਕੰਮ ਉਹ ਆਪਣੇ ਪਲੰਬਰ ਉਹ ਵੀ ਨਾਲ ਨਾਲ ਆਪਣੀ ਸੈਟਿੰਗ ਕਰਦੇ ਆ। ਹੁਣ ਜਿਹੜੀ ਲਾਸ਼ ਹੈ ਉਹ ਕਿੱਥੇ ਹੈ ਜੀ? ਉਹ ਉੱਥੇ ਇੱਥੋਂ ਫਿਰ ਜਦੋਂ ਇਹ ਡਿੱਗਾ ਵਾ ਇਹ ਸਾਡੇ ਜਿਹੜਾ ਫੋਰਮੈਨ ਉਹ ਫਟਾਫਟ ਗੱਡੀ 'ਚ ਬਾਬਾ ਜੀ ਨਾਲ ਇਹ ਸਰਕਾਰੀ ਹਸਪਤਾਲ ਲੈ ਗਏ, ਉੱਥੇ ਜਾ ਗਏ ਅਤੇ ਉਹ ਉਹਨਾਂ ਨੇ ਦੱਸਿਆ ਵੀ ਨਹੀਂ ਡੈਥ ਹੋ ਚੁੱਕੀ ਹੈ, ਫਿਰ ਉਦੋਂ ਦੀ ਉੱਥੇ ਆਪਣੇ ਪੋਸਟਮਾਰਟਮ ਵਾਸਤੇ ਉੱਥੇ ਲਾਸ਼ ਪਈ ਆ ਹਸਪਤਾਲ, ਅਤੇ ਫਿਰ ਉਹ ਸਾਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਇਹਦਾ ਐਡਰੈਸ ਪ੍ਰੋਪਰ ਕੀ ਹੈ, ਉਹ ਜੋ ਮੋਬਾਈਲ ਦਾ ਦੇਖਿਆ ਮੋਬਾਈਲ 'ਚੋਂ ਪਤਾ ਲੱਗਾ ਅਤੇ ਫਿਰ ਉਹ ਅਸੀਂ ਲੱਭਦੇ ਲੱਭਦੇ ਮਤਲਬ ਘੰਟੇ ਦੋ ਘੰਟਿਆਂ 'ਚ ਅਸੀਂ ਉਹ ਚੀਜ਼ ਨੂੰ ਟਰੇਸ ਕਰ ਲਿਆ ਕੁਝ ਬੰਦਿਆਂ ਦੇ ਸਹਿਯੋਗ ਨਾਲ। ਮੈਂ ਡਾਕਟਰ ਹਰਪ੍ਰੀਤ ਸਿੰਘ, ਸਿਵਲ ਹੋਸਪਿਟਲ ਸੁਲਤਾਨਪੁਰ ਲੋਧੀ ਤੋਂ। ਸਾਡੇ ਕੋਲ ਤਕਰੀਬਨ 1 ਵਜੇ ਨਾਲ ਨਾ ਡੈੱਡ ਬੋਡੀ ਆਈ ਹੈ ਜਿਹਦਾ ਨਾਮ ਸੁਖਵਿੰਦਰ ਸਿੰਘ ਸਨ ਆਫ ਅਜੀਤ ਸਿੰਘ ਦੱਸਿਆ ਜਾ ਰਿਹਾ, ਰਹਿਣ ਵਾਲਾ ਇਹ ਕਾਜੀ ਬਾਗ ਮੁਹੱਲੇ ਦਾ, ਅਤੇ ਇਹ ਆਪਣੇ ਮੂਲ ਮੰਤਰ ਅਸਥਾਨ ਤੋਂ ਡਿੱਗਣ ਕਰਕੇ ਇਹਦੀ ਮੌਤ ਹੋਈ ਆ। ਉੱਥੇ ਕੋਈ ਪੇਂਟ ਦਾ ਕੰਮ ਕਰ ਰਿਹਾ ਸੀਗਾ ਜੋ ਇਹਦੇ ਨਾਲ ਵਾਲੇ ਦੱਸ ਰਹੇ ਸੀਗੇ, ਫਿਲਹਾਲ ਬੋਡੀ ਅਸੀਂ ਮੋਰਚਰੀ ਦੇ ਵਿੱਚ ਰੱਖ ਦਿੱਤੀ।